ਵਿਰਾਸਤ ਏ ਤੁਹਾਡੀ ਕਲਾ Thank you.
ਵਿਰਾਸਤ ਇਹ ਤੁਹਾਡੀ ਕਲਾ ਹੋਏ ਨੇ
ਪੈਣਾ ਜਦੋਂ ਚਾਤੀ ਵਿੱਚ ਮਧਾਈ ਪਾ ਕੇ ਜਾਪੀ ਸਾਹਿਬ ਦਾ ਪਾਠ ਆਰੰਭ ਕਰਿਆ ਕਰਦੀਆਂ ਸਨ ਔਰ ਲੱਸੀ ਰਿੜਕਦੀਆਂ ਰਿੜਕਦੀਆਂ ਜਾਪੀ ਸਾਹਿਬ ਦੀਆਂ ਅੰਬਰੀਆਂ ਤੁਕਾ ਕਿ ਜਿਨੀ ਨਾਮ ਤੇ ਆਇਆ ਗੈਰ ਨਸਕਤ ਬਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਕੀ ਪੜ੍ਹਦੀ ਹੋ ਨਹੀਂ ਅੱਜ ਭੈਣਾਂ ਨੂੰ ਜਾਪੀ ਸਾਹਿਬ ਭੁੱਲ ਗਿਆ ਅੱਜ ਭੈਣਾਂ ਨੂੰ ਬਸ ਟੀਵੀ ਦਾ ਬਟਨ ਦੱਬਿਆ ਔਰ ਕਿਸੇ ਫਿਲਮ ਦੀ ਤਾਰ ਨਾਲ ਤਾਂ ਮੇਰੀਆਂ ਭੈਣਾਂ ਜੁੜ ਗਈਆਂ ਔਰ ਸਾਡੇ ਸਿੱਖੀ ਸਿਧਾਂਤ ਸਹੀ ਮਾਰਗ ਤੋਂ ਜਿਹੜਾ ਮਾਰਗ ਦੱਸ ਰਿਹਾ ਕਿ ਇਹ ਮਾਰਗ ਸਾਨੂੰ ਸਹੀ ਹੋਣ ਸਾਡੀ ਜੀਵਨ ਜਾਂਚ ਔਰ ਅਸੀਂ ਸੱਚ ਦੇ ਪ੍ਰਤੀਕ ਤਾਂ ਹੀ ਮਿਲ ਸਕਦੇ ਹਾਂ ਪਰ ਅੱਜ ਉਹ ਮਾਰਗ ਨੂੰ ਭੁੰਗਸਾਰ ਬੈਠੀਆਂ ਨੇ ਭੈਣਾਂ ਆਹ ਜਿਹੜੇ ਮੇਰੇ ਵੀਰ ਨੇ ਯੂਥ ਕਲੱਬ ਵਾਲੇ ਜਿਨ੍ਹਾਂ ਨੇ ਉਦਮ ਕਰਿਆ ਸਤਿਕਾਰ ਦੇ ਯੋਗ ਮਹਾਨ ਹਸਤੀ ਨੂੰ ਬੁਲਾਉਣ ਦਾ ਮੈਂ ਦੱਸਾਂ ਕਿਉਂ ਬੁਲਾਏ ਮੈਂ ਦੱਸਦਾ ਕਿਉਂ ਬੁਲਾਏ ਔਰ ਨਾਲ ਬੀਬੀਆਂ ਦੇ ਜਥੇ ਨੂੰ ਆਹ ਮੇਰੇ ਤੋਂ ਪਹਿਲਾਂ ਰੇਲਾ ਜੀ ਨੂੰ ਉਹਨਾਂ ਤੋਂ ਵੀ ਪਹਿਲਾਂ ਜਥਿਆਂ ਨੂੰ ਬੁਲਾਉਣ ਦਾ ਮੁੱਖ ਕਾਰਨ ਇਹ ਹੈ ਕਿ ਅੱਜ ਜਿੱਥੇ ਤੁਹਾਨੂੰ ਵੀਰਾਂ ਨੇ ਮਹਾਨ ਸ਼ਹੀਦੀਆਂ ਮਹਾਨ ਯੋਧਿਆਂ ਦੀਆਂ ਵਾਰਾਂ ਪੇਸ਼ ਕੀਤੀਆਂ ਨੇ ਉੱਥੇ ਮੇਰੀਆਂ ਭੈਣਾਂ ਖਾਸ ਕਰਕੇ ਇਹਨਾਂ ਭੈਣਾਂ ਦਾ ਜੋ ਅੱਜ ਇਤਿਹਾਸ ਆਪ ਜੀ ਦੇ ਦਰਮਿਆਨ ਬੋਲ ਕਹਿੰਦੇ ਹਨ ਔਰ ਇਹਨਾਂ ਨੂੰ ਝੋਲੀ ਵਿੱਚ ਪਾ ਕੇ ਜਾਣਾ ਕਿਉਂਕਿ ਤੁਹਾਡਾ ਮਹਾਨ ਰੋਲ ਹੈ ਮਹਾਨ ਰੋਲ ਕੋਈ ਸਮਾਂ ਸੀ ਜਦੋਂ ਸਾਡੇ ਉੱਤੇ ਹੁਣ ਤਾਂ ਸਮਾਂ ਨਹੀਂ ਕੋਈ ਸਮਾਂ ਸੀ ਜਦੋਂ ਸਾਡੀ ਸਿੱਖੀ ਨੂੰ ਬਰਬਾਦ ਕਰਨ ਦੇ ਲਈ ਸਾਨੂੰ ਸਿੱਖੀ ਨਾਲੋਂ ਤੋੜਨ ਦੇ ਲਈ ਸਾਨੂੰ ਸਦਾ ਸਿੱਖੀ ਤੋਂ ਦੂਰ ਕਰਨ ਲਈ ਇੱਥੇ ਬਸ ਨਹੀਂ ਸਗੋਂ ਸਿੱਖਾਂ ਨੂੰ ਤਾਂ ਮੌਤ ਦੀ ਝੋਲੀ ਵਿੱਚ ਪਾਉਣ ਤੋਂ ਵੀ ਪ੍ਰੇਰਿਤ ਨਹੀਂ ਸੀ ਕਰਦੇ ਪਾਉਣ ਤੋਂ ਇੱਥੇ ਅਬਦੁਲ ਸ਼ਹੀਦ ਖਾਨ ਬਲਕਿ ਮੁਲਤਾਨ ਦੇ ਸੂਬੇਦਾਰ ਵੀ ਆ ਗਏ ਇੱਥੇ ਬਸ ਨਹੀਂ ਉਹਦਾ ਪੁੱਤਰ ਜ਼ਕਰੀਆ ਖਾਨ ਲਾਹੌਰ ਦਾ ਸੂਬੇਦਾਰ ਬਣ ਗਿਆ ਪਰ ਸਭ ਤੋਂ ਪਹਿਲਾਂ ਉਹਨੇ ਜਿਵੇਂ ਅੱਜ ਦੇ ਹਾਲਾਤ ਤੁਹਾਡੇ ਉੱਤੇ ਭਾਰੂ ਨੇ ਉਸ ਸਮੇਂ ਜ਼ਕਰੀਆ ਖਾਨ ਨੇ ਵੀ ਦੁਹੀਆ ਕੀਤਾ ਕਿ ਮੇਰੀਆਂ ਨਜ਼ਰਾਂ ਦੇ ਸਾਹਮਣੇ ਮੈਨੂੰ ਕੋਈ ਸਿੱਖ ਦਿਖਾਈ ਨਾ ਦੇਵੇ ਕਿਉਂ ਕਿਉਂਕਿ ਇਹ ਸਿੱਖ ਉਸ ਦੀ ਨਫ਼ਰਤ ਦੀ ਜਾਲ ਦੇ ਅੰਦਰ ਔਰ ਰੁੱਝੇ ਹੋਣ ਦੇ ਬਾਵਜੂਦ ਅੱਜ ਇਹ ਜਾਲ ਨੂੰ ਹੋਰ ਤਾੜਨਾ ਚਾਹੁੰਦਾ ਹੈ ਮੇਰੇ ਜਾਲ ਅੰਦਰ ਸਿੱਖ ਆਵੇਗਾ ਔਰ ਉਹ ਜਾਨਵਰ ਦੀ ਤਾਰ ਫੜ ਫੜ ਕੇ ਮਰ ਜਾਵੇਗਾ ਉਹਨੇ ਸਾਫਾਂ ਉੱਤੇ ਉਹਨੇ ਗਲੀਆਂ ਮੁਹੱਲਿਆਂ ਵਿੱਚ ਉਹਨੇ ਸ਼ਹਿਰਾਂ ਵਿੱਚ ਉਹਨੇ ਬਾਜ਼ਾਰਾਂ ਵਿੱਚ ਉਹਨੇ ਕਸਬਿਆਂ ਵਿੱਚ ਉਹਨੇ ਪਿੰਡਾਂ ਵਿੱਚ ਜਾ ਕੇ ਜੋ ਸਿੱਖਾਂ ਨੂੰ ਉਸ ਤਖ਼ਤ ਦਾ ਬੈੜੀ ਮੌਤ ਦੇ ਘਾਟ ਉਤਾਰ ਰਿਹਾ ਸੀ ਮੇਰੀਆਂ ਭੈਣਾਂ ਨੂੰ ਉਸ ਵੇਲੇ ਫੜ ਕੇ ਤਜੀਰਾ ਲਾ ਕੇ ਔਰ ਹੱਕੜੀਆਂ ਲਾ ਕੇ ਇਹਨਾਂ ਨੂੰ ਜੇਲ੍ਹਾਂ ਅੰਦਰ ਚੱਕ ਰਿਹਾ ਸੀ ਨੌਜਵਾਨ ਵੀਰਾਂ ਨੂੰ ਮੌਤ ਦੇ ਘਾਟ ਉਤਾਰ ਰਿਹਾ ਸੀ ਉਹ ਜ਼ਕਰੀਆ ਖਾਨ ਜਿਹੜਾ ਸਿਰਾਂ ਦੇ ਮੁੱਲ ਵੀ ਉਸ ਵੇਲੇ ਪਾ ਰਿਹਾ ਸੀ ਉਹ ਜ਼ਕਰੀਆ ਖਾਨ ਦੀ ਕੁਟਨੀਤੀ ਦੇ ਬੋਲ ਤੁਹਾਡੇ ਦਰਮਿਆਨ ਜੋ ਸਿੱਖਾਂ ਪ੍ਰਤੀ ਨਫ਼ਰਤ ਦਾ ਜਾਲ ਪਾ ਰਿਹਾ ਸੀ ਉਹਦੇ ਸੰਬੰਧ ਵਿੱਚ ਪਟਿਆਲੇ ਵਾਲੀਆਂ ਬੀਬੀਆਂ ਦਾ ਢਾਡੀ ਜਥਾ ਇਹ ਕਿਉਂ ਕਹਿ ਰਿਹਾ ਜੀ ਵਿਰਾਸਤ ਏ ਤੁਹਾਡੀ ਕਲਾ
وراثت اي تاڈی کلا جب
ਪੰਥ ਖਾਲਸੇ ਦੀ ਚੜ੍ਹਦੀ ਕਲਾ ਲਈ ਸਮਾਂ ਬਤੀਤ ਕੀਤਾ ਹੈ। ਅੱਗੋਂ ਲਈ ਵੀ ਹੋਰ ਖਾਲਸਾ ਪੰਥ ਦੀ ਸੇਵਾ ਕਰਨ ਦਾ ਅਸ਼ੁਭ ਮੌਕਾ ਹੋਰ ਬਖਸ਼ ਕਰਨਾ ਮੇਰੇ ਪਾਤਸ਼ਾਹ ਜੀ ਸਿੰਘ ਸਾਹਿਬ ਹੁਣੇ ਤੁਹਾਡੇ ਦਰਮਿਆਨ ਆਪ ਜੀ ਨੂੰ ਸਿੱਖੀ ਸਿਧਾਂਤ ਆਪਣੇ ਸੱਚੇ ਵਿਚਾਰ ਗੁਰਬਾਣੀ ਆਸੇ ਤੇ ਸਿਧਾਂਤ ਅਨੁਸਾਰ ਇਹ ਆਪ ਜੀ ਦੇ ਦਰਮਿਆਨ ਰੱਖਣਗੇ। ਭੈਣੋ ਸਿੰਘ ਸਾਹਿਬ ਜੀ ਦਾ ਸੁਨੇਹਾ ਤੇ ਵੀਰੋ ਝੋਲੀ ਵਿੱਚ ਪਾ ਲੈਣਾ। ਮੈਂ ਤੱਕਿਆ ਸਿੰਘ ਸਾਹਿਬ ਜੀ ਕਹਿੰਦੇ ਨੇ ਅੱਜ ਭੈਣਾਂ ਦਾ ਰੁਝਾਨ ਹੈ ਜਿਹੜਾ ਇੱਕ ਬੈਠਾ ਦਰਿਆ ਦੇ ਕਿਨਾਰੇ ਤੇ ਉਹਦੇ ਵੱਲ ਵੀ ਜਾਈ ਜਾਂਦਾ ਹੈ। ਅੱਜ ਭੈਣਾਂ ਦਾ ਖਿਆਲ ਉਹ ਮਾਰੂ ਸਾਦੇ ਵਿੱਚ ਬੈਠੇ ਆਪਣੇ ਆਪ ਨੂੰ ਕਹਾਉਣ ਵਾਲੇ ਗੁਰੂ ਵੱਲ ਵੀ ਬਹੀਆਂ ਤੱਕਦੇ ਜਾ ਰਹੀਆਂ ਨੇ, ਸੱਚੇ ਗੁਰੂ ਤੋਂ ਮੁੱਖ ਮੋੜ ਰਹੀਆਂ ਨੇ। ਔਰ ਸਿੰਘ ਸਾਹਿਬ ਦਾ ਸੁਨੇਹਾ ਜਿਹੜਾ ਕਿ ਆਪਾਂ ਉਸ ਗੁਰੂ ਨਾਲ ਜੁੜਨਾ, ਸੱਚੇ ਮਾਰਗ ਚੱਲਦੇ ਹਾਂ, ਉਸ ਕਰੇ ਜਹਾਨ ਜਿਹੜੇ ਗੁਰੂ ਨੇ ਜਿਹੜੇ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਲਈ ਬਹੁਤ ਵੱਡੀ ਦੇਣ ਦਿੱਤੀ ਹੈ। ਐਨੀ ਸੇਵਾ ਇਸ ਸਮੇਂ ਪ੍ਰਵਾਨ ਕਰੋ। ਔਰ ਸਿੰਘ ਸਾਹਿਬ ਜੀ ਤੋਂ ਬਾਅਦ ਤੁਹਾਡੇ ਦਰਮਿਆਨ ਫਿਰ ਇਸੇ ਤਰ੍ਹਾਂ ਇਤਿਹਾਸ ਲੈ ਕੇ ਆਵਾਂਗੇ ਤੁਹਾਡੀ ਡਿਮਾਂਡ ਅਨੁਸਾਰ। ਹੁਣ ਸੱਚੀ ਸਾਹਿਬ ਜੀ ਅਗਲਾ ਪ੍ਰੋਗਰਾਮ ਦੱਸਣਗੇ, ਫਤਿਹ ਬੁਲਾ ਦਿਓ। ਜਿਹੜਾ ਚੜ੍ਹਦੀ ਕਲਾ ਦੀ ਸਿੰਘ ਸਾਹਿਬ ਜੀ ਦੇ ਵਿਚਾਰ ਸਾਰਨਾ ਕਰਨੇ ਆਪਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।